ਸਾਰਿਆਂ ਨੂੰ ਹੀ ਭੁਪਿੰਦਰ ਗਿੱਲ ਜੰਗਿਆਣਾ ਔਰ ਸਾਥੀ ਗਾਇਕਾ ਬੀਬਾ ਜਸਵਿੰਦਰ ਜੀਤੂ ਐਂਡ ਪਰ ਡੇ ਰੋਪੜ ਵਾਲਿਆਂ ਵੱਲੋਂ ਨਿੱਘੀ ਜੀ ਆਇਆਂ ਲੱਗਦੇ ਆ ਇਸ ਪਾਵਨ ਔਰ ਪਵਿੱਤਰ ਦਰਬਾਰ ਦੇ ਵਿੱਚ ਸਾਨੂੰ ਪਹਿਲੀ ਵਾਰ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਧੰਨ ਧੰਨ ਬਾਬਾ ਖਰੈਤੀ ਦਾਸ ਜੀ ਦਰਬਾਰ ਚੱਕ ਮਿਲਗਾ, ਬਾਬਾ ਰੱਖਾ ਜੀ, ਬਾਬਾ ਫੱਗਣ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਬੜੇ ਸ਼ੁਕਰਗੁਜ਼ਾਰ ਹਾਂ। ਸਾਡੇ ਵੱਡੇ ਵੀਰ ਰਾਣਾ ਜੀ ਇਟਲੀ ਤੋਂ, ਅਮਰੀਕ ਬਾਈ ਜੀ ਅਮੈਰੀਕਾ ਤੋਂ, ਅਵਤਾਰ ਤਾਰੀ ਜੀ ਇੰਗਲੈਂਡ ਤੋਂ, ਚਰਮਲ ਜੀ ਇਟਲੀ ਵਾਲੇ ਵਿਟੋ ਇਟਲੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬੜੇ ਸ਼ੁਕਰਗੁਜ਼ਾਰ ਹਾਂ। ਔਰ ਅਵਤਾਰ ਸਿੰਘ ਜੀ ਕਜਲਾ, ਸਾਬਕਾ ਸਰਪੰਚ ਸਾਹਿਬਾਨ, ਉਹਨਾਂ ਦਾ ਬੜੇ ਧੰਨਵਾਦੀ ਬੜੇ ਸ਼ੁਕਰਗੁਜ਼ਾਰ ਹਾਂ। ਔਰ ਮੌਜੂਦਾ ਸਰਪੰਚ ਬਲਵੰਤ ਸਿੰਘ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬੜੇ ਸ਼ੁਕਰਗੁਜ਼ਾਰ ਹਾਂ। ਸ਼ੁਕਰਗੁਜ਼ਾਰ ਹਾਂ ਸਾਡੇ ਵੀਰ ਜਤਿਨ ਕਜਲਾ ਜੀ, ਪਰਮਿੰਦਰ ਸਿੰਘ ਜੀ ਸੈਕਟਰੀ ਸਾਹਿਬ ਸਾਡੇ ਸੋਨੂੰ ਵੀਰ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਬਲਰਾਜ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਾਡੇ ਵੀਰ ਪੰਮਾ ਸੈਣੀ ਸੌਣ ਫਗਵਾੜੇ ਤੋਂ, ਜਿਨ੍ਹਾਂ ਦੀ ਬਦੌਲਤ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬੜੇ ਸ਼ੁਕਰਗੁਜ਼ਾਰ ਹਾਂ। ਔਰ ਕੁੱਲੂ ਜੀ ਬਹਿਰੀਨ ਤੋਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਜਲਾ ਸਟੂਡੀਓ ਢਾਹਾ ਕਲੇਰਾਂ ਤੋਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ, ਬੜੇ ਸ਼ੁਕਰਗੁਜ਼ਾਰ ਹਾਂ। ਔਰ ਕਮੇਟੀ ਮੈਂਬਰ ਮਾਸਟਰ ਗੁਰਮੇਲ ਸਿੰਘ ਜੀ, ਡਾਕਟਰ ਪ੍ਰੇਮ ਸਿੰਘ ਜੀ ਪ੍ਰਧਾਨ ਸਾਹਿਬ, ਔਰ ਸਾਡੇ ਬਲਰਾਜ ਕਜਲਾ ਜੀ ਅਤੇ ਗਿਆਨ ਚੰਦ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬੜੇ ਸ਼ੁਕਰਗੁਜ਼ਾਰ ਹਾਂ। ਔਰ ਕੁਲਦੀਪ ਜੀ ਅਤੇ ਸੁਰਜੀਤ ਕੁਮਾਰ ਜੀ ਸਾਡੇ ASI ਸਾਹਿਬ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬੜੇ ਸ਼ੁਕਰਗੁਜ਼ਾਰ ਹਾਂ। ਇੱਕ ਵਾਰੀ ਫਿਰ ਧੰਨਵਾਦ ਕਰਦੇ ਹਾਂ ਸਾਡੇ ਵੀਰ ਪੰਮਾ ਜੀ ਸੈਣੀ ਸੌਣ ਫਗਵਾੜੇ ਤੋਂ, ਜਿਨ੍ਹਾਂ ਦੀ ਬਦੌਲਤ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ। ਬੜੇ ਧੰਨਵਾਦੀ ਹਾਂ ਪ੍ਰਬੰਧਕ ਕਮੇਟੀ ਦੇ। ਇਸ ਦਰਬਾਰ ਦੇ ਵਿੱਚ ਭੁਪਿੰਦਰ ਗਿੱਲ ਜੰਗਿਆਣਾ ਔਰ ਸਾਥੀ ਗਾਇਕਾ ਬੀਬਾ ਜਸਵਿੰਦਰ ਜੀਤੂ ਐਂਡ ਪਲਟੀ, ਉਹਨਾਂ ਦਾ ਮਿਊਜ਼ੀਕਲ ਗਰੁੱਪ, ਇੱਕ ਮਿਊਜ਼ਿਕ ਲੈ ਕੇ ਹਾਜ਼ਰ ਹੈ। ਉਸ ਤੋਂ ਬਾਅਦ ਚੰਦ ਮਿੰਟਾਂ 'ਚ ਹਾਜ਼ਰ ਹੋਣਗੇ ਭੁਪਿੰਦਰ ਗਿੱਲ ਜੰਗਿਆਣਾ ਅਤੇ ਬੀਬਾ ਜਸਵਿੰਦਰ ਜੀਤੂ ਐਂਡ ਪਲਟੀ ਰੋਪੜ। ਪੰਮਾ ਜੀ ਬਕਸਾ ਬੰਦ ਹੋ ਰਿਹਾ ਇਧਰ ਕੋਈ।
ਦਾਸ ਦਰਬਾਰ ਚੱਕ ਬਿਲਗਾਂ ਦੇ ਵਿੱਚ ਪਹਿਲੀ ਵਾਰ ਸੇਵਾ ਕਰਨ ਦਾ ਮੌਕਾ ਮਿਲਿਆ, ਬੜੇ ਸ਼ੁਕਰਗੁਜ਼ਾਰ ਹਾਂ। ਰਾਣਾ ਬਾਈ ਜੀ ਇਟਲੀ ਤੋਂ, ਅਮਰੀਕ ਬਾਈ ਜੀ ਅਮੈਰੀਕਾ ਤੋਂ, ਅਵਤਾਰ ਤਾਰੀ ਜੀ ਇੰਗਲੈਂਡ ਤੋਂ, ਚਰਮਲ ਜੀ ਇਟਲੀ ਤੋਂ, ਬਿੱਟੂ ਜੀ ਇਟਲੀ ਤੋਂ, ਅਵਤਾਰ ਸਿੰਘ ਕਜਲਾ ਜੀ ਸਾਬਕਾ ਸਰਪੰਚ ਸਾਹਿਬਾਨ ਔਰ ਮੌਜੂਦਾ ਸਰਪੰਚ ਬਲਵੰਤ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬੜੇ ਸ਼ੁਕਰਗੁਜ਼ਾਰ ਹਾਂ। ਜਤਿਨ ਕਜਲਾ ਜੀ, ਸਤਵਿੰਦਰ ਕਜਲਾ ਜੀ ਪੰਜਾਬ ਪੁਲਿਸ ਤੋਂ, ਪਰਮਿੰਦਰ ਸਿੰਘ ਜੀ ਸੈਕਟਰੀ ਸਾਹਿਬ ਸੋਨੋ ਵੀਰ ਔਰ ਸਾਡੇ ਬਲਰਾਜ ਜੀ ਪੰਮਾ ਸੈਣੀ ਸਾਹਿਬ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਕੁੱਲੂ ਬਾਈ ਜੀ ਬੈਰੀਨ ਤੋਂ, ਕਜਲਾ ਸਟੂਡੀਓ ਟਾਹਾ ਕਲੇਰਾਂ ਕਮੇਟੀ ਮੈਂਬਰ ਮਾਸਟਰ ਗੁਰਮੇਲ ਸਿੰਘ ਜੀ ਔਰ ਡਾਕਟਰ ਪ੍ਰੇਮ ਸਿੰਘ ਜੀ, ਗਿਆਨ ਚੰਦ ਜੀ, ਬਲਰਾਜ ਜੀ, ਕੁਲਦੀਪ ਜੀ ਅਤੇ ਸਾਡੇ ਸੁਰਜੀਤ ਕੁਮਾਰ ਜੀ ASI ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਪੰਡਾਲ ਦੇ ਅੰਦਰ ਤੁਹਾਡੀ ਸੇਵਾ 'ਚ ਹਾਜ਼ਰ ਹੋ ਰਹੀ ਹੈ ਪੰਜਾਬ ਦੀ ਪ੍ਰਸਿੱਧ ਦੁਗਾਣਾ ਜੋੜੀ ਭੁਪਿੰਦਰ ਗਿੱਲ ਜੰਗਿਆਣਾ ਔਰ ਸਾਥੀ ਗਾਇਕਾ ਬੀਬਾ ਜਸਵਿੰਦਰ ਜੀਤੂ ਐਂਡ ਪਾਲਟੀ ਰੋਪੜ। ਪਾਵਨ ਪਵਿੱਤਰ ਦਰਬਾਰ ਦੇ ਵਿੱਚ ਪੰਜਾਬ ਦੇ ਪ੍ਰਸਿੱਧ ਆਵਾਜ਼ ਭੁਪਿੰਦਰ ਗਿੱਲ ਜੰਗਿਆਣਾ ਔਰ ਸਾਥੀ ਗਾਇਕਾ ਬੀਬਾ ਜਸਵਿੰਦਰ ਜੀਤੂ ਜੀ ਹਾਜ਼ਰ ਹੋ ਚੁੱਕੇ ਹੈ, ਬੜੇ ਸ਼ੁਕਰਗੁਜ਼ਾਰ ਹਾਂ। ਰਾਣਾ ਬਾਈ ਜੀ ਇਟਲੀ ਤੋਂ, ਅਮਰੀਕ ਬਾਈ ਜੀ ਅਮੈਰੀਕਾ ਤੋਂ, ਅਵਤਾਰ ਤਾਰੀ ਜੀ ਇੰਗਲੈਂਡ ਤੋਂ, ਚਰਮਲ ਜੀ ਇਟਲੀ ਤੋਂ, ਬਿੱਟੂ ਇਟਲੀ, ਅਵਤਾਰ ਸਿੰਘ ਜੀ ਕਜਲਾ ਸਾਬਕਾ ਸਰਪੰਚ ਸਾਹਿਬਾਨ ਔਰ ਬਲਵੰਤ ਸਿੰਘ ਜੀ ਸਰਪੰਚ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬੜੇ ਸ਼ੁਕਰਗੁਜ਼ਾਰ ਹਾਂ। ਜਤਿਨ ਕਜਲਾ, ਸਤਵਿੰਦਰ ਕਜਲਾ ਜੀ ਪੰਜਾਬ ਪੁਲਿਸ ਤੋਂ ਔਰ ਮਨਜੀਤ ਕਜਲਾ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪੰਮਾ ਵੀਰ ਸਾਡੇ ਸੈਣੀ ਸਾਉਣ ਫਗਵਾੜੇ ਤੋਂ, ਜਿਹਨਾਂ ਦੀ ਬਦੌਲਤ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਹਾਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬੜੇ ਸ਼ੁਕਰਗੁਜ਼ਾਰ ਹਾਂ। ਅੱਜ ਦੇ ਇਸ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ, ਕਹਿੰਦੇ ਕਿ ਕੋਈ ਵੀ ਕੰਮ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਉਸ ਪਰਮਾਤਮਾ ਨੂੰ, ਅੱਲਾ ਨੂੰ, ਵਾਹਿਗੁਰੂ ਨੂੰ, ਰਾਮ ਨੂੰ, ਰਹੀਮ ਨੂੰ ਯਾਦ ਕਰਨਾ ਜ਼ਰੂਰੀ ਬਣਦਾ ਹੈ, ਕਿਉਂਕਿ ਲਿਖਿਆ ਹੈ ਕਿ ਸੱਚੇ ਦਿਲੋਂ ਅਰਦਾਸ ਜੋ ਕਰਦਾ ਸਮਝੋ ਆਸਾ ਪੂਰੀ ਹੈ। ਸੱਚੇ ਦਿਲੋਂ ਅਰਦਾਸ ਜੋ ਕਰਦਾ ਸਮਝੋ ਆਸਾ ਪੂਰੀ ਹੈ। ਹਰ ਕੰਮ ਕਰਨ ਤੋਂ ਪਹਿਲਾਂ ਰੱਬ ਦਾ ਨਾਮ ਜ਼ਰੂਰੀ ਹੈ, ਕਿਉਂਕਿ ਲਿਖਿਆ ਹੈ ਕਿ ਗੁਰੂ ਬਿਨਾਂ ਗਤ ਨਹੀਂ ਅਤੇ ਸ਼ਾਹ ਬਿਨਾਂ ਪਤ ਨਹੀਂ, ਗੁਰੂ ਬਿਨਾਂ ਗਤ ਨਹੀਂ ਅਤੇ ਸ਼ਾਹ ਬਿਨਾਂ ਪਤ ਨਹੀਂ, ਗੁਰ ਗੂੰਗੇ ਗੁਰ ਬਾਬਰੇ ਗੁਰਾਂ ਕਰੀਏ ਦਾਸ, ਜੇ ਗੁਰੂ ਭੇਜੇ ਨਰਕ ਕੋ ਤਾਂ ਸਵਰਗ ਕੀ ਰੱਖੀ ਆਸ। ਕਿਉਂਕਿ ਆਸਾ ਦੀਵਾਰ ਦੇ ਵਿੱਚ ਪਹਿਲਾ ਸਲੋਕ ਲਿਖਿਆ ਹੈ ਕਿ ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚੜ੍ਹਨ ਹੁੰਦਿਆਂ ਗੁਰਬਿਨ ਕੋਰ ਅੰਧਾਰ। ਸੋ ਗੁਰੂ ਮਹਾਰਾਜ ਯਾਦ ਕਰਨ ਜਾ ਰਹੇ ਹਾਂ ਇੱਕ ਧਾਰਮਿਕ ਇਬਾਦਤ ਦੇ ਨਾਲ ਕਿ ਤੂੰ ਮੇਰਾ ਰਾਖਾ ਸਭਨੀ ਥਾਈ, ਕਿਉਂਕਿ ਲਿਖਿਆ ਕਿ ਕੋਈ ਗਾਉਣ ਵੇਲੇ, ਕੋਈ ਨਹਾਉਣ ਵੇਲੇ, ਕੋਈ ਸੌਣ ਵੇਲੇ ਤੈਨੂੰ ਯਾਦ ਕਰਦਾ, ਕੋਈ ਗਾਉਣ ਵੇਲੇ, ਕੋਈ ਨਹਾਉਣ ਵੇਲੇ, ਕੋਈ ਸੌਣ ਵੇਲੇ ਤੈਨੂੰ ਯਾਦ ਕਰਦਾ। ਇੱਕ ਨਜ਼ਰ ਮਿਹਰ ਦੀ ਮਾਰ ਦਾਤਾ ਭੁਪਿੰਦਰ ਵੀ ਖੜਾ ਫਰਿਆਦ ਕਰਦਾ, ਭੁਪਿੰਦਰ ਵੀ ਖੜਾ ਫਰਿਆਦ ਕਰਦਾ। ਹਾਜ਼ਰ ਤੁਹਾਡੀ ਸੇਵਾ ਦੇ ਵਿੱਚ ਤੁਹਾਡੀ ਜਾਣੀ ਪਹਿਚਾਣੀ ਆਵਾਜ਼ ਧਾਰਮਿਕ ਇਬਾਦਤ ਦੇ ਨਾਲ ਜਨਾਬ ਭੁਪਿੰਦਰ ਗਿੱਲ ਜੰਗਿਆਣਾ। Thank you.
जामा उना उच्चिया दे जिन्ना नी मेहा नाल नवाई सुन फरियाद साइया दिया साइया साइया दिया साइया मेरे सतगुर मेरे मौला मेरे राम मेरे रहीम मेरे वाहे गुरु सुन फरियाद साइया दिया साइया ये मेरी अर्ज सुनी कन करके मेरा बेड़ा बिच अद दे किरिया ओए साइया मेरा बेड़ा बिच अद दे किरिया ते जिथे मछ ना बैंदे डर के पीर जिना दा मीरा वाहू लगन करके सच्चे दिलों सच्चे मनों अरदास जो करदा सच्चे दिलों सच्चे मनो अरदास जो करदा ते समझो आसा पूरी है हर कम करन तो पहला रब दा नाम जरूरी है हर कम करन तो पहला रब दा नाम जरूरी है नाम जरूरी है बाबा जी का नाम जरूरी है दास दी आई हुई धार्मिक कैसेट जिदे विच मैं अपने गुरु साहब के गुण गाए है कि तू मेरा राखा सबनी थाई आओ सारे रल के अरदास बेनती करिए ता जो अज का कार्य सफल होवे अज का प्रोग्राम असी अपने बुजुर्गों की जाच सोने सज्जन की जाच इकट्ठे हुए हैं एक बार कह दो बोल साचे दरबार की जय सो साइया के दरबार से इकट्ठे हुए हैं आओ गुरु महाराज अगे अरदास बेनती करिए भी जेड़े साढ़े काम कारज रेंदे है अधूरे है वो साढ़े पूरे हो जाए सो मैं अरदास बेनती कल्ले ने नहीं करनी सारी संगत नहीं करनी है सतगुर हुए दयाल ता हर रंग माणिए सतगुर हुए दयाल ता शरदा पूरी है आओ गुरु महाराज नूं धियाईए सारी संगत ने की कहना वाहिगुरु 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 Why do?
राखा सभी थाई, तू मेरा राखा सभी थाई। Why, 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 why
जे ताड़ियां मारनी तो खुल के ताड़ियां मार दियो जी। फिर ऐसी धार्मिक इबादत नाल शुरुआत की गई है, क्योंकि लिखा है कि सुख वेले शुकराना करिए दुख वेले अरदास, सुख वेले शुकराना करिए दुख वेले अरदास, हर वेले सिमरन करिए कार जावे रास। एक एक दाना चुगन लग्या पंछी सीस चुकावे, सौ पदार्थ खा के बंदा फिर ना शुक्र मनावे। किरत कण बंदे तो चंगा एक राह दा रोड़ा, ठोकर मार के पैरां ते जो खड़ना मुड़ सिखलावे। धार्मिक इबादत दे नाल शुरुआत की गई है। बड़े शुक्रगुजार हाँ साढ़े वीर पम्मा जी सैणी सौण फगवाड़े तो, उन्होंने वालों हुक्म है एक होर धार्मिक जी। एक बार कह दे बोल साचे दरबार की जय। सुसाइया के दरबार से आए हैं, कहिंदे हुंदे आ जिस खसम दे जाइए उहदियां घोड़ियां गाइए। बाबा जी दे दरबार ते कट्ठे होए हैं, साइयां दे दरबार ते सब ने मत्था टेकिया। मेरा साई सब दियां मनोकामना पूरियां करे, चढ़दियां कलां च रखे हर मदान फतेह बख्शे। सो मत्था टेक के साई नूं की कहना है, मेरे मुर्शिद नूं, मेरी बाह ना छड्ड देना ओ साइयां पीरा फकीरा, मेरी बाह ना छड्ड देना, मेरी बाह ना छड्ड देना, मेरी बाह ना छड्ड देना। गुरु जी मैं लड़ फड़ लिया तेरा, छड़ देना। जिहड़ियां साढ़े वीर जी पिछे खड़े है उन्होंने बेनती अगे आके बैठ जाओ, जगह बहुत पई है। सारे आके पंडाल दे विच सजो। मेरी बाह ना छड देना, जिन्होंने प्रशादा पानी छक लिया वो भी आ जाओ, जिन्होंने नहीं छकिया वो छक के आ जाओ। मेरी बाह ना छड देना, मेरी बाह ना छड देना। गुरु जी मैं लड़ फड़ लिया तेरा, मेरी गुरु जी मैं लड़ फड़ लिया तेरा, मेरी बाह ना छड देना। गुरु जी मैं लड़ फड़ लिया तेरा, मेरी बाह ना छड देना। गुरु जी मैं लड़ फड़ लिया तेरा, मेरी बाह ना छड देना। ओ साईया मैं लड़ फड़ लिया तेरा, तेरा तेरा। ओ साईं
बोलो जय संतां दी बोलो जय संतां दी बोलो बोलो जय संतां दी बोलो जय संतां दी बोलो बोलो जय पीरां दी बोलो जय पीरां दी बोलो बोलो जय पीरां दी बोलो जय संतां दी उठते बहते ध्यान है तेरा उठते बहते ध्यान है तेरा दर्शन रब समान है तेरा उठते बहते ध्यान है तेरा दर्शन रब समान है तेरा दर्शन रब समान है तेरा उठते बहते ध्यान है तेरा दर्शन रब समान है तेरा अपने मन की मुंदरी दे विच अपने मन की मुंदरी दे विच लग मैं चढ़ लिया तेरा मेरी बाह मेरी बाह वे साइया वे पीरा वे फकीरा मेरी बाह न छड देना गुरु जी लड़ फड़ लिया तेरा तेरा मेरी बाह न छड देना देना गुरु जी मैं लड़ फड़ लिया तेरा तेरा मेरी करमा रोपड़ वाला हर दम करमा रोपड़ वाला सतगुरु तेरी रहमत तो बिन सतगुरु तेरी रहमत तो बिन संग मन सड़िया मेरा मेरा मेरी बाँ मेरी बाँ मेरी बाँ ना छड़ देना छड़ देना गुरु जी मैं लड़ फड़ लिया तेरा तेरा मेरी बाँह न छड़ देना गुरु जी मैं लड़ फड़ लिया तेरा मेरी बाँह न छड़ देना गुरु जी मैं लड़ फड़ लिया तेरा तेरा मेरी बाँह न छड़ देना गुरु जी मैं लड़ फड़ लिया तेरा ओ साईं लड़ फड़ लिया तेरा बाबा जी मैं लड़ फड़ लिया तेरा ओ साईं मेरी बेबे पिछे ऐन काली खड़ी है बेबे बह जा कुड़ी थक जाएगी बेबे नूं कुर्सी दिओ भाई कई बार बुजुर्ग बंदे तो बैठ भी नहीं हुंदा क्योंकि मेरे जिन्हें मैं गाने सुनाने हैं थोड़ियां अपनियां गल्लां घरेलू गल्लां घर दियां गल्लां एक बारी तां मैनूं इशारा करी जांदा कहिंदा हुण चक दे मैं की चकना कल तो पढ़ता कोई गीत ही चकूंगा सो सारे नूं बहुत बहुत मुबारक बधाइयां इस क्लब ने इस संस्था ने मेरा पूरा माण सत्कार किया है मैनूं बहुत ज़्यादा रिस्पैक्ट बहुत ज़्यादा इज्जत दिती है सो परमात्मा हमेशा तुहानूं खुश रखे हमेशा चढ़दियां कलां च रखे बाबा जी सब ते मेरा भरे हाथ रखे
जिहड़ी चीज की घाट है तुहाडे घर च परमात्मा तुहानू सब नू देवे। कह दिओ बोल साचे दरबार की जय। मेरे गाने तुसी काफी सुने हैं, देख के सवेरे जीजा खाली हुए बटुए नू तोरी वांगू मूँह लमका के बह जी ना, क्योंकि मेरे परिवार के गीत होंदे जीजा साली का रिश्ता। आखे दियौर तेरे दे घर नी जे छण छण हो जाए वह भी एक दियौर भरजाई का रिश्ता। ते जे कोई गाना मेरा जिन्हें भी मेरे परिवार के गीत होंगे है लो, आप सारे मेले ते कट्ठे हुए हैं, आप चंद लेना तुहाडे लई गीत मेला। मेरे नाल जसविंदर जीतू नी आजा कुड़िए भज के पिछों चक मिल गया दी रोटी खाली रज के। आ कुड़ी दे नाम ते भी ताड़ियां बजाओ जी। एक मुटियार पंजाबन मुटियार अपने घर वाले नू कहंदी है, कहंदी सरदार जी गल सुन लो, चक विलगां दे विच मेला लगना है, मैं मेला देखण जाना, नाले मैं जाना भी लंबड़ां दी ट्राली ते चढ़ के है। ओ मैं कहा जान दे लंबड़ां दी ट्राली ते जरूर जाना, अपने ट्रैक्टर ते चलदे आपां। कहंदी जे जो जल्दी करो, मेरियां दराणियां जठाणियां ने सारियां ने मेला देखण जाना, ते मैं तां बाबा जी दे अगे मत्था टेक के आऊंगी। नाले तुसीं पैग पुग जां वध लाउंदे आ, बाबा जी दी अरदास करके आऊंगी, सत्तां तों दो ते ही आ जाओ तुसीं। मैंने पता चलो चलो मैं तो मेले से जाना मत्था टेकन, नाले मैं घर अरदास बेनती करनी, अपनी माझ नहीं मिलती है, मुंडा रोंदा रहिंदा है ते कहिंदी अरदास बेनती करके आनी है। वह कहिंदा गल सुन ला, आपां लंबड़ां दी ट्राली ते नहीं जाना, कहिंदा अपने वाले ट्रैक्टर से चलते हैं। आ हा हा, ट्रैक्टर नवा कढ़ाया, घर वाली बिठाया नाल, मेले से आ गए। कहिंदा गल सुन ला भागवान ने, दुकाना सजियां पईआं, जो मर्जी खा ला जो मर्जी पी ला, वह सामने पॉपकॉर्न भी है जिन्हों पंजाबी मक्की के दाने कहने, वह भी खा ला जे खाने, घर जाके ना चुल्हे च लत्त मारी नचना तो हुण नचला, वह गल है। सो आओ आगाज करते हैं प्रोग्राम का एक खूबसूरत गीत। मैं नहीं कहता बंदा अपने घर वाले कहता इको घाटी रखी नी, कम कार तो अज मैं बेला, वो जट विखाऊ सारा मेला, कम कार तो अज मैं बेला। हाँ झोना हजे लाना 15-16 तरीक नो, कम कार तो अज मैं बेला, नी जट विखाऊ सारा मेला, मूह वेखण नू शीशा लै ला मूह वेखण नू, वो चक ला देखा दुकान चक्का परले पासे ना, आ टुट घरे दा टुटिया पिया चक 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 चक, वो मूह वेखण नू शीशा लै ला गोरी धौण नू गानी। आवाज घट रखी जो गाण, ओ लैला जो चाहुंदी तू ना नार बगानी, ओ लैला जो चाहुंदी। गल सुन ला भगवान ने, गुरु महाराज के सामने मैं लावा लेके तेनू ब्याह के लेके आया, की लेना दस। देखी तेन दिसी तेनू कहंदी हाय मिले तो लगवाउणी मेहंदी, ओ पैरां नू छड्ड हथां दे लवा। देखी तेन दिसी तेनू कहंदी मिले तो लगवाउणी मेहंदी, अच कर दे पूरे, ओ कर दे पूरे, कर दे पूरे सारे में दिल दे धमाया, कर दे पूरे सारे में दिल दे धमाया। बोल गया जा, बाहर कीबोर्ड खोलो मना, सारे मेले से कट्ठे हुए हैं तुहाडे लई चंद लैना, जरा गौर ना सुनना। ए गल ते दुनिया जानदी के मेला मेलियां दा यारा बेलियां दा रांझा भाइयां नू छड फकीर होया,
ते हीर छड़ की साथ सहेलियां दा नी असा परदेसियां ने एक दिन टुर जाना है असा परदेसियां ने एक दिन टुर जाना है ते कुंडा मार के इना हवेलियां दा ते कुंडा मार के इना हवेलियां दा कमकार तो आज मैं बेला बन के ओ कमकार तो आज मैं बेला ओ जट बठाऊ सारा मेला ओ कमकार तो आज मैं बेला जट बठाऊ सारा मेला मुँह वेखण नू शीशा लै ला मुँह वेखण नू ओ मुँह वेखण नू शीशा लै ला गोरी धौण नू गांधी लै ला तू लै ला तू लै ला जो चौंदी तू ना नार बगानी लै ला जो चौंदी लैला जो चौंदी तू ना नार बगानी लैला जो चौंदी नी सोनिए अज मैं बेला नी जट बखाऊ सारा मेला ओ कम कर तो अज मैं बेला जट बखाऊ सारा मेला मुँह वेखण नू शीशा लै ला मुँह वेखण नू ओ मुँह वेखण नू शीशा लै ला गोरी धौण नू गानी लै ला तू लै ला तू लै ला जो चौंदी तू ना नार तू ना नार बगानी लैला जो चौंदी तू ना नार बगानी लैला जो चौंदी तू ना नार बगानी लैला जो चौंदी गर्म जलेबियां खाइए ओ की खाएगी गोल गप्पे जा टिक्कियां चाट लवाइए जे आखे हलवाई कोड़े गर्म जलेबियां खाइए ओ दिल विच रह जे मंग ना कोई दिल विच रह जे ओ दिल विच रह जे मंग ना कोई कहिंदा ए दिल जानी लैला तू लैला लैला जो चौंदी तू ना नार ओ तू ना नार ओ तू ना नार बगानी लैला जो चौंदी तू ना नार बगानी लैला जो चौंदी तू ना नार बगानी लैला जो चौंदी
ना आखी झूठे लैला चंडोल ते चढ़के नी तूंबे वाले बाबियां तो मैं सुन ला कलियां खड़के री एडवांस आ गया ओ तूंबे वाले बाबियां तो मैं सुन ला कलियां खड़के नी हाय तूंबे वाले बाबियां तो मैं सुन ला कलियां खड़के नी ओ दिल विच रह जे मंग ना कोई दिल विच रह जे ना कोई कहिंदा ए दिल जानी लैला 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 जो चाहुंदी तू ना नार ओ तू ना नार ओ तू ना नार बगानी लैला जो चाहुंदी तू ना नार बगानी लैला जो चाहुंदी तू ना नार बगानी लैला जो चाहुंदी आया साढ़े नेके बाई होनी साढ़े सुखविंदर बाई जी होनी हौलदार साहब साढ़े जगजीत लंबड़दार साहब साढ़े सोढ़ी साहब हरजीत बाई जी होनी जी आयन बाई जी वेलकम निघा स्वागत लो जी इको घट बीज तो गल करनी है लो जी पुराने गाने साढ़े सुनते ही रहने हो मैं तो एक नवा गाना साझा करता स्टैंड भी कराई थे बी वाह बी वाह बी इलाके वाले हो आ चाहे गाने वाला स्टैंड हो चाहे बंदे का वैसे ही जिंदगी स्टैंड होवे होना बड़ा जरूरी है क्योंकि जेडे बंदे का स्टैंड नहीं है वह बंदा जिंदगी कदे कामयाब नहीं हो सकता लो जी गाना पेश करते हैं एक भरजाई का लल्लू या दियोर ना उन्हू खाण का चज ना बैठण का ना उठण का ना नहाण का ना सौण का भरजाई नू बड़ी टेंशन कहिंदी बू मैं मर जा नहीं इन किहड़ा कुड़ी दे दूगा इहदे घरे कित्थे डोले आ जाणगे भरजाई एड्डी तिखी निकली चक मिल गया आयो बिच बचोला पा के ढा भन करके बठिंडे वाले टिब्बे दे पानी चढ़ाई दिता कहण दा भाव रिश्ता कराता हुण ब्याहुण गया वै भरजाई नूं फिर टेंशन वड वड खाई खा रही है डोली आ गई ओए आ गए ओए आ गए ओए आ गए ओए आ गए बेबे ने भाई माहौल देख के काम चलाता दूरी चुन्नी लैके अखे पानी बार नी बने दीए माए अब ना बनी बार खड़े पानी बार नी बने दीए माए अब ना बनी बार खड़े चक मिल गया जोड़ी एडी सुनखी सी एक बीबी तो रहा ना गया उन्हें पूरे जोश दे विच दोहा चकता वीरा सुनिया बेअंत प्यारिया गो मैनू एक गल समझ नहीं आती असी जिहड़े कलाकार हैं असी तरीके ना गाईदा भी साडा गला गुला फिट रहे असी जोर हिसाब नाल लाउने हां जिमें मोहम्मद सदीक रणजीत कौर करतार रमला सुखवंत सुखी सुरेंद्र छिंदा गुलशन कोमल जिन्होंने लेंदी दुनिया तक गाने वजते रहे हैं असी तरीके ना गाई का भी गला गुला फिट रहे पर गल जिहड़ियां बीबियां भैणां महाराज की सौं लगे मसां का विआह आउंदा एक विआह ते सारा जोर ला दिंदियां कई तो शाम को सिर दुखण लग जाते हैं कई ने तो ऐन चुन्नी ना कस के सिर बन्ने होंगे जे बंदा पुछ ले बेबे लड्डू कित्थे है बेबू इत्थे बीबे बूबे
ਗਲੇ ਦਾ ਵੀ ਪੀਪਾ ਹੀ ਬਣ ਜਾਂਦਾ। ਚੱਕ ਮਿਲ ਗਏ ਵਾਲੇ ਉਹ ਹੱਥਾਂ ਦੇ ਲੱਡੂ ਬੱਟੇ ਅੱਜ ਕੱਲ੍ਹ ਕਿੱਥੇ ਮਿਲਦੇ ਆ, ਅੱਜ ਕੱਲ੍ਹ 2.5 ਘੰਟਿਆਂ 'ਚ ਵਿਆਹ ਨਿਬੜ ਜਾਂਦਾ। ਐਂ ਨਹੀਂ ਪਤਾ ਲੱਗਦਾ ਕੁੜੀ ਵਾਲਿਆਂ ਦਾ ਘਰ ਕਿੱਥੇ ਆ, ਮੁੰਡੇ ਵਾਲਿਆਂ ਦੇ ਕਿੱਥੇ, ਡੋਲੀ ਪੈਲਸ 'ਚੋਂ ਵਿਦਾ ਹੋ ਜਾਂਦੀ ਆ। ਲਓ ਜੀ ਗੱਲ ਸੁਣਨ ਵਾਲੀ ਹੈ, ਭਰਜਾਈ ਦਾ ਲੱਲੂ ਜਾਂ ਦਿਓਰ ਭਰਜਾਈ ਨੂੰ ਵੜਿਆ ਕੇ ਪੁੱਛਦੀ ਹੈ ਵੀ ਕਿਸੇ ਨੇ ਦਾਰੂ ਪੀ ਕੇ ਖਰਾਬੀ ਤਾਂ ਨਹੀਂ ਕੀਤੀ, ਕਿਸੇ ਨੇ ਕਲਾਕਾਰ ਨੂੰ ਤੰਗ ਤਾਂ ਨਹੀਂ ਕਰਿਆ, ਬੀਬੀਆਂ ਭੈਣਾਂ ਨੂੰ ਪਕੌੜੇ ਸਹੀ ਮਿਲ ਗਏ ਸੀ। ਲਓ ਜੀ ਭਰਜਾਈ ਦਾ ਲੱਲੂ ਜਾਂ ਦਿਓਰ ਜਾਣੀ ਕਿ ਆਪਣੀ ਜਨ ਜਾਣੀ ਕਿ ਆਪਣੀ ਬਰਾਤ ਦਾ ਸਾਰਾ ਹਿਸਾਬ ਕਿਤਾਬ ਆਪਣੀ ਭਾਬੀ ਨੂੰ ਦਿੰਦਾ ਇੱਕ ਗੀਤ ਰਾਹੀਂ। ਫਿਰ ਨਾਦਰੀ ਗੱਲ ਚੱਲਿਆ ਜੱਟ ਲੈਣ ਪਵਾਉਣਾ ਦਰਸ਼ਨ ਆ ਜਾ ਨਾ ਇਹ ਪੱਕਾ ਰੰਗ ਭਾਬੀ ਇਹ ਨਹੀਂ ਲੈਂਦਾ, ਤੇਰਾ ਪਾਊਡਰ ਲੈ ਜੀ ਇਹ ਨਹੀਂ ਲੈਂਦਾ। ਪਰ ਚੱਕ ਮਿਲ ਗਿਆ ਮੈਨੂੰ ਪਤਾ ਮਸਾਂ ਤਾਂ ਮਲੰਗ ਦੀ ਰੋਟੀ ਪੱਕਦੀ ਹੋਈ ਹੈ। ਪਰ ਦੇਖੀ ਜਾਈ ਭਾਬੀ ਜਦੋਂ ਮੈਂ ਖੇਤੋਂ ਆਇਆ ਕਰਨਾ ਝੋਨੇ ਨੂੰ ਪਾਣੀ ਲਾ ਕੇ ਬੱਟਾਂ ਬੁੱਟਾਂ ਪੋਚ ਕੇ, ਇਹ ਤਾਂ ਸਰੋਂ ਦਾ ਤੇਲ ਲਾ ਕੇ ਨੇਰੇ 'ਚ ਖੜੀ ਨਹੀਂ, ਚਾਰਾਂ ਉਂਗਲੀ ਛਾਰੇ ਮਾਰਿਆ ਕਰੂੰ ਭਾਬੀ ਮੈਂ ਤਾਂ ਮੂੰਹ ਨਾਲ ਤੂੰ ਵੀ ਵਜਾਊਂਗਾ। ਲੈ ਵੀ ਢੋਲ ਵਾਲੇ ਮੁੰਡੇ ਨੂੰ ਵੇਚਦੇ ਤੂੰ ਦਮ ਲੈ ਲਾ, ਵੈਸੇ ਚੜਿਆ ਤਾਂ ਹੋਣਾ ਨਹੀਂ, ਲੈ ਲਾ ਪੁਰਾ ਮੁੰਡੇ ਤਿਆਰ ਹੋ ਬਈ, ਮਾਰਾ ਮੂੰਹ ਨਾਲ ਤੂੰ ਵੀ ਜਾਉ, ਲਾ ਦੀਏ ਖੜਾ ਉਹ ਟੈਂਡਾ ਡੈਂਡਾ 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 ਰੀਵਨ ਤਾਣ ਕੇ ਖੜ ਗਈਆਂ, ਜਦੋਂ ਪਹੁੰਚ ਗਈ ਸਾਲੀਆਂ ਰੀਵਨ ਤਾਣ ਕੇ ਖੜ ਗਈਆਂ, 3100 ਤੋਂ ਘੱਟ ਨੀ ਲੈਣਾ ਸਾਰੀਆਂ ਅੜ ਗਈਆਂ। ਭਾਬੀ ਜੀ ਸਾਲੀਆਂ ਤਾਂ ਰੀਵਨ ਕਟਾਉਂਦੀਆਂ ਦੇਖੀਆਂ ਮੈਂ, ਆਹ ਸਾਲਾ ਮੈਂ ਵੈਸੇ ਪਹਿਲੀ ਵਾਰੀ ਦੇਖੀ। ਜਦੋਂ ਪਹੁੰਚ ਗਏ ਸਾਲੀਆਂ ਰੀਵਨ ਤਾਣ ਕੇ ਖੜ ਗਈਆਂ, 3100 ਤੋਂ ਘੱਟ ਨੀ ਲੈਣਾ ਸਾਰੀਆਂ ਅੜ ਗਈਆਂ, ਉਹ 3100 ਤੋਂ ਘੱਟ ਨੀ ਲੈਣਾ ਸਾਰੀਆਂ ਅੜ ਗਈਆਂ। ਉਹ ਧੱਕ ਮਧੱਕਾ, ਉਹ ਧੱਕ ਮਧੱਕਾ, ਉਹ ਧੱਕ ਮਧੱਕਾ ਹੁੰਦਾ ਵੇਖ ਵਿਚੋਲਾ ਆਇਆ ਨੀ, ਉਹ ਧੱਕ ਮਧੱਕਾ ਹੁੰਦਾ ਵੇਖ ਵਿਚੋਲਾ ਆਇਆ ਨੀ, ਹਾਂ ਵਿਚੋਲਾ ਆਇਆ ਨੀ, ਉਹ 2100 ਵਿੱਚ ਸਾਰਾ ਉਹਨੇ ਜੱਬ ਮੁਕਾਇਆ ਨੀ, ਉਹ 2100 ਵਿੱਚ ਸਾਰਾ ਉਹਨੇ ਜੱਬ ਮੁਕਾਇਆ ਨੀ, ਆ 2100 ਵਿੱਚ ਸਾਰਾ ਉਹਨੇ ਜੱਬ ਮੁਕਾਇਆ ਨੀ, ਹਾਂ ਭਾਬੀ ਹਾਂ। ਹੋਣੇ ਵੇ
ਤੈਨੂੰ ਬਹੁਤਾ ਤਾਣੀ ਸਾਲੀਆਂ ਨੇ ਬੰਦੜਾਇਆ ਕੱਲੇ ਨੂੰ ਬਹੁਤਾ ਤਾਣੀ ਕੁੜੀਆਂ ਨੇ ਬੰਦੜਾਇਆ ਕੱਲੇ ਨੂੰ ਲੈ ਸੁਣ ਲਾ ਭਾਬੀ ਫਿਰ ਇਧਰ ਆ ਕੇ ਸੁਣ ਲਾ ਖੁੱਲੇ ਜਿਹੇ ਬਰਾਂਡੇ ਵਿੱਚ ਇੱਕ ਮੰਜਾ ਡਾਇਆ ਸੀ ਉਹ ਖੁੱਲੇ ਜਿਹੇ ਬਰਾਂਡੇ ਵਿੱਚ ਇੱਕ ਮੰਜਾ ਡਾਇਆ ਸੀ ਉਹ ਕੱਢਵੀਂ ਚਾਦਰ ਪਾ ਕੇ ਸਾਲੀਆਂ ਖੂਹ ਸਜਾਇਆ ਸੀ ਖੁੱਲੇ ਜਿਹੇ ਬਰਾਂਡੇ ਵਿੱਚ ਇੱਕ ਮੰਜਾ ਡਾਇਆ ਸੀ ਉਹ ਕੱਢਵੀਂ ਚਾਦਰ ਪਾ ਕੇ ਸਾਲੀਆਂ ਖੂਹ ਸਜਾਇਆ ਸੀ ਕਹਿੰਦੀਆਂ ਬਹਿ ਜੋ ਜੀਜਾ ਜੀ ਕਹਿੰਦੀਆਂ ਬਹਿ ਜੋ ਜੀਜਾ ਜੀ ਸਭ ਕੋਲ ਖਲੋ ਗਈਆਂ ਸਾਰੀਆਂ ਕੋਲ ਖਲੋ ਗਈਆਂ ਜਦ ਬੈਠਣ ਲੱਗਿਆ ਲੱਤਾਂ ਮੇਰੀਆਂ ਤਾਨੂੰ ਹੋ ਗਈਆਂ ਜਦ ਬੈਠਣ ਲੱਗਿਆ ਲੱਤਾਂ ਮੇਰੀਆਂ ਤਾਨੂੰ ਹੋ ਗਈਆਂ ਜਦ ਬੈਠਣ ਲੱਗਿਆ ਲੱਤਾਂ ਮੇਰੀਆਂ ਤਾਨੂੰ ਹੋ ਗਈਆਂ ਮੈਨੂੰ ਟਿੱਕੇ ਹੋਏ ਨੂੰ ਮੈਨੂੰ ਟਿੱਕੇ ਹੋਏ ਨੂੰ ਮੈਨੂੰ ਟਿੱਕੇ ਹੋਏ ਨੂੰ ਫੜ ਕੇ ਕੁਰਸੀ ਉੱਤੇ ਬਿਠਾ ਦਿੱਤਾ ਮੈਨੂੰ ਟਿੱਕੇ ਹੋਏ ਨੂੰ ਫੜ ਕੇ ਕੁਰਸੀ ਉੱਤੇ ਬਿਠਾ ਦਿੱਤਾ ਖਾਲਾ ਕਹਿਣ ਗੁਲਾਬ ਜਾਮਣਾ ਮੇਜ ਸਜਾ ਦਿੱਤਾ ਕਹਿੰਦੇ ਖਾਲਾ 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 ਪ੍ਰਾਹੁਣਿਆਂ ਦਾ ਵੀ ਰਿਸ਼ਤੇਦਾਰੀ ਹੈ ਖਾਲਾ ਮੈਨੂੰ ਟਿੱਕੇ ਹੋਏ ਨੂੰ ਫੜ ਕੇ ਕੁਰਸੀ ਉੱਤੇ ਬਿਠਾ ਦਿੱਤਾ ਖਾਲਾ ਕਹਿਣ ਗੁਲਾਬ ਜਾਮਣਾ ਮੇਜ ਸਜਾ ਦਿੱਤਾ ਮੇਰੇ ਉੱਡ ਗਏ ਤੋਤੇ ਆਏ ਉੱਡ ਗਏ ਤੋਤੇ ਉੱਡ ਗਏ ਤੋਤੇ ਇੱਕ ਪੀਸ ਜਾਂ ਮੂੰਹ ਵਿੱਚ ਪਾਇਆ ਸੀ ਖਾਣ ਨੂੰ ਮੂੰਹ ਵਿੱਚ ਪਾਇਆ ਸੀ ਆ ਊਂਠ ਦੇ ਲੇਡਿਆਂ ਨੂੰ ਉਹਨਾਂ ਨੇ ਰੰਗ ਮਹਾਰਾਜ ਦੀ ਸਹੁੰ ਲੱਗੀ ਭਾਬੀ ਅਸੀਂ ਚੱਕ ਮਿਲ ਗਏ ਅਰਗੇ ਅਸੀਂ ਸਾਰੇ ਪਿੰਡ ਵਾਲੇ ਚੱਕਰਾਂ 'ਚ ਪੈ ਗਏ ਵੀ ਇਹੋ ਜਿਹਾ ਸਹੁਰੇ ਨੇ ਕਿਹੜਾ ਹਲਵਾਈ ਕਰ ਲਿਆ ਜਿਹੜਾ ਨਮਕੀਨ ਗੁਲਾਬ ਜਾਮਣਾ ਬਣਾਉਂਦਾ ਗੱਲ ਸੁਣ ਲਾ ਭਾਬੀ ਮੇਰੀ ਬਰਾਦਰੀ ਸੀ ਮਾਲਵੇ 'ਚ ਬਲਕਾਰ ਸਿੱਧੂ ਦੇ ਪਿੰਡ ਪੂਲੇ ਜਦੋਂ ਮੈਂ ਟੇਢਾ ਜਿਹਾ ਹੋ ਕੇ ਦੇਖਿਆ ਨਾ ਉਹਨਾਂ ਦੀ ਕਿੱਕਰ ਥੱਲੇ ਬੋਤਾ ਬੰਨਿਆ ਵਾ ਉੱਥੇ 3000 ਜਾਣੀਆਂ ਲੇਡੇ ਹੋਰ ਚੁੱਕੀ ਜਾਣ ਭਾਬੀ ਨਾਲੇ ਗੱਲ ਸੁਣ ਲਾ ਲੇਡੇ ਦੋ ਤਰ੍ਹਾਂ ਦੇ ਸੀ ਨਾਲ ਉਹਨਾਂ ਦੀ ਬੋਤੀ ਬੰਨੀ ਹੋਈ ਸੀ ਮੈਨੂੰ ਟਿੱਕੇ ਹੋਏ ਨੂੰ ਮੈਨੂੰ ਟਿੱਕੇ ਹੋਏ ਨੂੰ ਮੈਨੂੰ ਟਿੱਕੇ ਹੋਏ ਨੂੰ ਫੜ ਕੇ ਕੁਰਸੀ ਉੱਤੇ ਬਿਠਾ ਦਿੱਤਾ ਖਾਲਾ ਕਹਿਣ ਗੁਲਾਬ ਜਾਮਣਾ ਮੇਚ ਸਜਾ ਦਿੱਤਾ ਖਾਲਾ ਕਹਿਣ ਗੁਲਾਬ ਜਾਮਣਾ ਮੇਚ ਸਜਾ ਦਿੱਤਾ ਹਾਏ ਉੱਡ ਗਏ ਤੋਤੇ ਮੇਰੇ ਉੱਡ ਗਏ ਤੋਤੇ ਉਹ ਉੱਡ ਗਏ ਤੋਤੇ ਇੱਕ ਪੀਸ ਜਦ ਮੂੰਹ ਵਿੱਚ ਪਾਇਆ ਸੀ ਖਾਣ ਨੂੰ ਮੂੰਹ ਵਿੱਚ ਪਾਇਆ ਸੀ ਊਂਠ ਦੇ ਲੇਡਿਆਂ ਨੂੰ ਉਹਨਾਂ ਨੇ ਰੰਗ ਕਰਾਇਆ ਸੀ ਉਹ ਊਂਠ ਦੇ ਲੇਡਿਆਂ ਨੂੰ ਉਹਨਾਂ ਨੇ ਰੰਗ ਕਰਾਇਆ ਸੀ ਬਹਿ ਜੇ ਮੇੜਾ ਮੇਰੀਆਂ ਸਾਲੀਆਂ ਦਾ ਲੱਗੀ ਨੂੰ ਦੇਖ ਲਾ ਤੈਨੂੰ ਕੀ ਸਮਝਾਇਆ ਸੀ ਮੈਂ ਜਾਣ ਲੱਗੀ ਨੂੰ ਦੇਖ ਲਾ ਤੈਨੂੰ ਕੀ ਸਮਝਾਇਆ ਸੀ ਪਰ ਤੂੰ ਪੂਰਾ ਲੱਲੂਆ ਨਾ ਖਾਨਾ ਵਿੱਚ ਪਾਇਆ ਸੀ ਮੈਂ ਜਾਣ ਲੱਗੀ ਨੂੰ ਦੇਖ ਲਾ ਤੈਨੂੰ ਕੀ ਸਮਝਾਇਆ ਸੀ ਪਰ ਤੂੰ ਪੂਰਾ ਲੱਲੂਆ ਨਾ ਖਾਨੇ ਵਿੱਚ ਪਾਇਆ ਸੀ ਦੱਸ ਦੀ ਮੈਨੂੰ ਹੋਰ ਹੋਰ ਤਾਂ ਨਾ ਕੋਈ ਹੋਈ ਖਰਾਬੀ ਨੇ ਹੋਈ ਖਰਾਬੀ ਨੇ ਉੱਥੇ ਦਾਰੂ ਪੀ ਕੇ ਲਿਟਿਆ ਤਾਂ ਨੀ ਕੋਈ ਸ਼ਰਾਬੀ ਨੇ ਦਾਰੂ ਪੀ ਕੇ ਲਿਟਿਆ ਤਾਂ ਨੀ ਕੋਈ ਸ਼ਰਾਬੀ ਨੇ ਹੋਰ ਤਾਂ ਭਾਬੀ ਠੀਕ ਠਾਕ ਹੀ ਰਹੇ ਨੇ ਸਾਰੇ ਨੀ ਹੋਰ ਤਾਂ ਭਾਬੀ ਠੀਕ ਠਾਕ ਹੀ ਰਹੇ ਨੇ ਸਾਰੇ ਨੀ ਸੋਨੂ ਬਾਈ ਨੇ ਪੀ ਕੇ ਮਾਰੇ ਫੁੱਲ ਲਲਕਾਰੇ ਨੀ ਭਾਬੀ ਠੀਕ ਠਾਕ ਹੀ ਰਹੇ ਨੇ ਸਾਰੇ ਨੀ ਉਹ ਸੋਨੂ ਬਾਈ ਨੇ ਪੀ ਕੇ ਮਾਰੇ ਫੁੱਲ ਲਲਕਾਰੇ ਨੀ ਮਾਸੜ ਜੀ ਨੇ
मासड़ जी ने अपना मासड़ नहीं फगवाड़े वाला आ मासड़ ने मेरे ब्याह च गा पा के रखता भाभी मासड़ जी ने रिश्तेदारी पल विच तोड़ ली ओ मासड़ जी ने रिश्तेदारी पल विच तोड़ ली एक पल विच तोड़ ली की हुंदा ए कंबल पिछे पूछ मरोड़ ले की हुंदा ए कंबल पिछे पूछ मरोड़ ले आ की हुंदा ए सौर पैदा कंबल ओए कंबल पिछे पूछ मरोड़ ले फिटे मोहे जे मासड़ दे अपना फगवाड़े वाला मास्टर रुस गया कोई स्कीम हैगी है हां आ गई देख रहे हैं आप घरे बुला के मास्टर जी दा हरख मटा दांगे दे घरे बुला के मास्टर जी दा हरख मटा दांगे चल कंबल दे नाल नकली ओनु मुंदे पा दांगे मेरे यार की है भाभी तू आप घरे बुला के मास्टर जी दा हरख मटा दांगे ਕੰਬਲ ਦੀ ਨਾਲ ਨਕਲੀ ਉਹਨੂੰ ਮੁੰਦੀ ਪਾ ਦਾਂਗੇ ਤੇ ਕੰਬਲ ਦੀ ਨਾਲ ਨਕਲੀ ਉਹਨੂੰ ਮੁੰਦੀ ਪਾ ਦਾਂਗੇ ਗੱਲ ਮਕਾ ਤੋ ਤੈਨੂੰ ਹਾਂ ਗੱਲ ਮਕਾ ਤੋ ਤੈਨੂੰ ਘਰੇ ਬੁਲਾਇਆ ਹੋਣਾ ਏ ਤੇ ਬੁਲਾਇਆ ਹੋਣਾ ਏ ਸਾਰੀਆਂ ਨੇ ਫਿਰ ਬਹਿ ਕੇ ਦੁੱਧ ਪਿਆਇਆ ਹੋਣਾ ਏ ਤੈਨੂੰ ਸਾਰੀਆਂ ਨੇ ਫਿਰ ਬਹਿ ਕੇ ਦੁੱਧ ਪਿਆਇਆ ਹੋਣਾ ਏ ਤੂੰ ਦੁੱਧ ਦੀ ਗੱਲ ਕਰਦੀ ਐ ਸਾਡੇ ਮੂਹਰੇ ਜੱਗ ਭਰ ਕੇ ਰੱਖਦਾ ਜੱਗ ਅਸੀਂ ਦੁੱਧ ਨੂੰ ਦੇਖ ਕੇ ਸਾਰੇ ਚੱਕ ਮਿਲ ਗਏ ਐਂ ਡਰੀਏ ਜਿਵੇਂ ਫਾਟਕਾਂ ਨੂੰ ਦੇਖ ਕੇ ਗਾਂ ਡਰਦੀ ਹੁੰਦੀ ਹੈ ਤੇ ਫਿਰ ਮੈਂ ਆਪਣੇ ਅਵਤਾਰ ਬਾਈ ਨੂੰ ਮੈਂ ਕਿਹਾ ਸਾਲੀਆਂ ਲੋੜ ਤੋਂ ਵੱਧ ਪਿਕਚਰਾਂ ਕਰੀ ਜਾਂਦੀਆਂ ਮੈਂ ਕਿਹਾ ਬਾਈ ਦੁੱਧ ਤੂੰ ਚੈੱਕ ਕਰ ਲੈ ਕਹਿੰਦਾ ਪਿੱਛੇ ਹੋ ਜਾਓ ਸਾਰੇ ਜਾਣੇ ਹੱਥ ਡਬੋ ਕੇ ਵੱਡੀ ਉਂਗਲ 3 ਵਾਰੀ ਚੱਟ ਕੇ ਦੇਖੀ ਮੈਨੂੰ ਕਹਿੰਦਾ ਗਿੱਲ ਦੁੱਧ ਠੀਕ ਹੈ ਕਹਿੰਦਾ ਊਂ ਮਾੜਾ ਜਿਹਾ ਥੱਲੇ ਲੱਗਿਆ ਵਾ ਹੈਗਾ ਕਹਿੰਦਾ ਖਿੱਚਲਾ ਇਹ ਸਾਲੀਆਂ ਟਿਚਰਾਂ ਕਰਦੀਆਂ ਹੁੰਦੀਆਂ ਮੇਰੇ ਵਿਆਹ ਵੇਲੇ ਮੇਰਾ ਬੁਰਾ ਹਾਲ ਕਰਤਾ ਸੀ ਪੀਲਾ ਪਰ ਅਵਤਾਰ ਬਾਈ ਦੇ ਪਿੱਛੇ ਲੱਗ ਕੇ ਦੁੱਧ ਪੀ ਕੇ ਜਿਹੜੀ ਮੇਰੇ ਨਾਲ ਜਗੋਂ 13ਵੀਂ ਹੋਈ ਹੈ ਖੇਤ 'ਚ ਪਏ ਗਧੇ ਨਾਲ ਨਾ ਹੋਵੇ ਭਾਬੀ ਕਰੀ ਚਲਾਕੀ ਸਾਲੀਆਂ ਨੇ ਮੇਰਾ ਡੈਲ ਘਮਾਤਾ ਨੀ ਉਹ ਕਰੀ ਚਲਾਕੀ ਸਾਲੀਆਂ ਨੇ ਮੇਰਾ ਡੈਲ ਘਮਾਤਾ ਨੀ ਆ ਮਿੱਠਾ ਸੋਡਾ ਪਾ ਕੇ ਮੈਨੂੰ ਦੁੱਧ ਪਿਆਤਾ ਨੀ ਹਾਏ ਕਰੀ ਚਲਾਕੀ ਸਾਲੀਆਂ ਨੇ ਮੇਰਾ ਡੈਲ ਘਮਾਤਾ ਨੀ ਉਹ ਮਿੱਠਾ ਸੋਡਾ ਪਾ ਕੇ ਮੈਨੂੰ ਦੁੱਧ ਪਿਆਤਾ ਨੀ ਹਾਂ ਮਿੱਠਾ ਸੋਡਾ ਪਾ ਕੇ ਮੈਨੂੰ ਦੁੱਧ ਪਿਆਤਾ ਨੀ ਮਿੱਠਾ ਸੋਡਾ ਕਰੀ ਚਲਾਕੀ ਸਾਲੀਆਂ ਨੇ ਮੇਰਾ ਡੈਲ ਘਮਾਤਾ ਨੀ ਉਹ ਮਿੱਠਾ ਸੋਡਾ ਪਾ ਕੇ ਮੈਨੂੰ ਦੁੱਧ ਪਿਆਤਾ ਨੀ ਦੋ ਤਿੰਨ ਵਾਰੀ ਕਾਰ ਨੂੰ ਰਸਤੇ ਵਿੱਚ ਰੁਕਾਇਆ ਨੀ ਦੋ ਤਿੰਨ ਵਾਰੀ ਕਾਰ ਨੂੰ ਰਸਤੇ ਵਿੱਚ ਰੁਕਾਇਆ ਨੀ ਹਾਂ ਵਿੱਚ ਰੁਕਾਇਆ ਨੀ ਲਾਭ ਜਤਾਮਲੀ ਵਾਲਾ ਘਰ ਨੂੰ ਔਖਾ ਹੀ ਆਇਆ ਨੀ ਹਾਏ ਲਾਭ ਜਤਾਮਲੀ ਵਾਲਾ ਘਰ ਨੂੰ ਔਖਾ ਹੀ ਆਇਆ ਨੀ ਲਾਭ ਜਤਾਮਲੀ ਵਾਲਾ ਘਰ ਨੂੰ ਔਖਾ ਹੀ ਆਇਆ ਨੀ ਭਾਬੀ ਜੀ ਮੇਰੀ ਪਿਆਰੀ ਭਾਬੀ ਆ ਕਮਲਾ ਤੇਰਾ ਦਿਓਰ ਮਸਾਹੀ ਘਰ ਨੂੰ ਆਇਆ ਨੀ ਭਾਬੀਏ ਘਰ ਨੂੰ ਆਇਆ ਨੀ ਭਾਬੀਏ ਘਰ ਨੂੰ ਆਇਆ ਨੀ ਗੱਲ ਸੁਣ ਲਾ ਭਾਬੀ ਨਾਲੇ ਆ ਪਿੱਛੇ ਚਾਦਰੇ ਨੂੰ ਮਸਰੀ ਦੀ ਦਾਲ ਨੀ ਲੱਗੀ ਹੋਈ ਕਮਲਾ ਤੇਰਾ ਦਿਓਰ ਮਸਾਹੀ ਘਰ ਨੂੰ ਆਇਆ ਨੀ ਭਾਬੀਏ ਘਰ ਨੂੰ ਆਇਆ ਨੀ ਭਾਬੀਏ ਘਰ ਨੂੰ ਆਇਆ ਨੀ ਭਾਬੀਏ ਘਰ ਨੂੰ ਆਇਆ ਨੀ ਹਾਏ ਭਾਬੀ ਮੇਰੇ ਹਜੇ ਵੀ ਢਿੱਡ 'ਚ ਗੁੜ 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 ਝੋਨੇ ਦੀ ਟਰਾਲੀ ਸਿੱਟੀ ਮੰਡੀ 'ਚ ਸਵੇਰੇ ਮੁੱਕਦੇ ਨਾ ਨੋਟ ਪਏ ਬੈਂਕਾਂ 'ਚ ਬਥੇ